तो भाई जिहड़ा आपां उंगलां ते आंकड़े ला के काम शुरू कर दिंदे ना वो गल नहीं हैगी गी। कम इन्ना यह सौखा भी नहीं हैगा, इन्ना औखा भी नहीं हैगा, क्योंकि बई ये चैलेंज बहुत वड्डे वड्डे हैगे। जिहड़ा बई आ पुछ लैंदे ने ना बई अद्ध बच जांदा, अद्ध उद्ध बई कोई नहीं बचदा इहदे विच। कम चलो है ना घरां च डंगर रखणे उह गल वक्खरी सीगी, ते जे बई इहदे तों बड़ा डरी भी जाणा कि बई इह होणा ही नहीं गा, बीमारी आ जाणी है, ऐं हो जाणा जौं हो जाणा। खैर चादर नूं वेख के छाल मारन चाहीदी है, पर जे चादर तो ज्यादा छाल मार देंगे चादर भी पाड़ जूगी तो इज्जत भी नहीं रही। फिर तुसीं काम शुरू करो, कोई एक दो गावां तो काम शुरू करो, पहला आपकी किस्मत नूं अजमाओ। उंगलों ते आंकड़े ला के काम नूं शुरू ना करिया जे, उंगलों ते आंकड़ियां की गल होर हुंदी है, पर रियल लाइफ जदों काम करोगे उदों गल्लां बातां बदल जांदियां ने। सत श्री अकाल जी सारिआं नूं, मैं महावीर समरा, ते उम्मीद करदा तुसीं सारे ठीक ठाक होवोगे। सब तो पहला जिहड़े वीर अज साडे चैनल ते पहली वारी आए आ ते उह साडे चैनल नूं सबसक्राइब कर लो ते बैल आइकन नूं दबा दो तां जो आने वाली वीडियो दी नोटिफिकेशन तुहाडे तक जल्दी जल्दी पहुँच जा करन। ते क्योंकि आपां अपने चैनल ते डेयरी फार्म रिलेटेड हर एक तरह की वीडियो पाउंदे रहिंदे आ, ते जिवें मैं अक्सर ही वीडियो विच कहिंदा हुंदा बई लोन लैके काम शुरू ना करिआ करो। ते कई वीर हैना फोन ते पुछ भी लैंदे कि बई लोन लैके काम शुरू करना चाहिदा है कि नहीं करना चाहिदा, ਵੀ ਜੇ ਅਸੀਂ ਲੋਨ ਲੈ ਕੇ ਕੰਮ ਸ਼ੁਰੂ ਕਰਦੇ ਹਾਂ ਤਾਂ ਇਹਦਾ ਫਾਇਦਾ ਹੈ ਕਿ ਨੁਕਸਾਨ ਹੈ। ਅਤੇ ਆਪਾਂ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ ਕਿ ਲੋਨ ਲੈ ਕੇ ਆਪਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਬਈ ਸਭ ਤੋਂ ਪਹਿਲਾਂ ਜੇ ਆਪਾਂ ਲੋਨ ਨੂੰ ਇੱਕ ਪਾਸੇ ਰੱਖ ਦਈਏ ਨਾ, ਸਭ ਤੋਂ ਪਹਿਲਾਂ ਕਿਸ ਕਿੱਤੇ ਦੀ ਗੱਲ ਕਰੀਏ। ਬੜੇ ਵੀਰਾਂ ਦੇ ਸਵਾਲ ਹੁੰਦੇ ਆ ਕਿ ਬਈ ਇਹਦੇ ਵਿੱਚ ਬਜਟ ਕਿੰਨੀ ਕੁ ਹੈ, ਕਿੰਨਾ ਕੁ ਬਚ ਜਾਂਦਾ, ਕੀ ਹਿਸਾਬ ਕਿਤਾਬ ਹੈ। ਬਈ ਜੇ ਇੱਕ ਤੁਹਾਨੂੰ ਮੈਂ ਦੱਸਦਾ ਵੀ ਜਦੋਂ ਆਪਾਂ ਉਂਗਲਾਂ 'ਤੇ ਅੰਕੜੇ ਲਾ ਕੇ ਕੰਮ ਸ਼ੁਰੂ ਕਰਦੇ ਹਾਂ ਵੀ ਇਹਦੇ 'ਚ ਇੰਨਾ ਦੁੱਧ ਪੈਣਾ, ਇੰਨੀ ਫੀਡ ਪੈ ਗਈ ਹੈ ਨਾ, ਅਤੇ ਇੰਨਾ ਚਾ ਸਾਈਲੇਜ ਪੈ ਗਿਆ, ਅਤੇ ਇੰਨੀ ਆਪਾਂ ਨੂੰ ਬਚਤ ਆ ਜਾਣੀ ਆ, ਇੰਨਾ ਆਪਣਾ ਖਰਚਾ ਆ ਗਿਆ, ਉਹ ਗੱਲਾਂ ਨਹੀਂ ਹੁੰਦੀਆਂ ਬਈ ਇਹਦੇ ਵਿੱਚ। ਹਰ ਇੱਕ ਕੰਮ, ਚਾਹੇ ਤੁਸੀਂ ਦੁਨੀਆ ਦਾ ਕੋਈ ਵੀ ਕੰਮ ਕਰ ਲਓ, ਚਾਹੇ ਤੁਸੀਂ ਕੋਈ ਸ਼ੋਰੂਮ ਖੋਲ੍ਹ ਲਓ, ਚਾਹੇ ਤੁਸੀਂ ਮੰਨ ਕੇ ਚੱਲੋ ਕਿਸੇ ਜੋਬ 'ਤੇ ਲੱਗ ਜਾਓ, ਤੁਹਾਨੂੰ ਤੁਸੀਂ ਉਹਦਾ ਪ੍ਰੋਫਿਟ ਦਾ ਅੰਦਾਜ਼ਾ ਲਗਾ ਹੀ ਨਹੀਂ ਸਕਦੇ। ਤੁਸੀਂ ਅਗਰ ਕੋਈ ਸ਼ੋਰੂਮ ਪਾ ਰਹੇ ਹੋ ਉਹਦੇ ਵਿੱਚ ਵੀ ਤੁਹਾਨੂੰ ਤੁਹਾਡਾ ਜਿਹੜਾ ਸਮਾਨ ਹੈ ਉਹ ਡੈਮੇਜ ਵੀ ਹੋਣਾ ਵਾ। ਡੈਮੇਜ ਸਮਾਨ ਦਾ ਆਪਾਂ ਪਹਿਲਾਂ ਦਾ ਆਈਡੀਆ ਨਹੀਂ ਲਾ ਸਕਦੇ ਵੀ ਆਪਾਂ ਸਮਾਨ ਕਿੰਨਾ ਡੈਮੇਜ ਹੋਣਾ ਅਤੇ ਕਿੰਨਾ ਆਪਣਾ ਸਹੀ ਰਹਿਣਾ ਵਾ। ਜੋਬ 'ਤੇ ਕਰ ਰਹੇ ਹੋ ਤੁਸੀਂ, ਤੁਹਾਨੂੰ ਜੋਬ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ, ਸੇਮ ਉੱਦਾਂ ਹੀ ਬਈ ਇਹ ਕੰਮ ਹੈ, ਇਹਦੇ ਕੰਮ ਦੇ ਵਿੱਚ ਚੈਲੰਜ ਵੀ ਬਹੁਤ ਵੱਡੇ ਵੱਡੇ ਆ ਜਾਂਦੇ ਆ। ਜਿਹੜੀ ਕੰਮ ਦੀ ਗੱਲ ਆ ਜਾਂਦੀ ਹੈ ਨਾ ਬਈ ਇਹਦੇ ਵਿੱਚ ਜੇ ਮੰਨ ਕੇ ਸਹੀ ਸਲਾਮਤ ਚੱਲੀ ਜਾਵੇ ਤਾਂ ਬਚਤ ਬਹੁਤ ਹੈ, ਅਤੇ ਬਈ ਜੇ ਚੈਲੰਜ ਉੱਠਣੇ ਸ਼ੁਰੂ ਹੋ ਜਾਂਦੇ ਆ, ਜੇ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਧਿਆਨ ਆਪਾਂ ਘੱਟ ਦਿੰਦੇ ਹਾਂ, ਤਾਂ ਉਹਦੇ ਵਿੱਚ ਬਈ ਬਚਤ ਵੀ ਫਿਰ ਉਨੀ ਘਟਣੀ ਹੈ। ਮੁੱਕਦੀ ਗੱਲ ਐਂਡ 'ਤੇ ਇੱਕ ਹੀ ਆ ਜਾਂਦੀ ਹੈ, ਕੰਮ ਚਾਹੇ ਦੁਨੀਆ ਦਾ ਕੋਈ ਵੀ ਕਰ ਲਓ, ਮੈਂ ਜੋ ਇਹ ਕਿਸਮਤ ਚੰਗੀ ਹੈ ਅਤੇ ਕੰਮ ਦੇ ਕਾਮਯਾਬੀ ਤਾਂ ਮਿਲਦੀ ਹੈ ਜਿਹਨੇ ਮੱਥੇ 'ਤੇ ਲੇਖ ਆ ਬਈ ਮੁਕੱਦਰ ਰਹਿਣਾ, ਉਹਨਾਂ ਨੇ ਭਿੜਨਾ ਵਾ। ਸੋ ਜਿੰਨਾ ਮਰਜ਼ੀ ਆਪਾਂ ਕੋਸ਼ਿਸ਼ ਕਰ ਲਈਏ ਕਿ ਬਈ ਇੰਨੀ ਬਚਤ ਉਂਗਲਾਂ 'ਤੇ ਆਂਕੜੇ ਲਾ ਲਈਏ, ਉਹ ਚੀਜ਼ਾਂ ਕਦੇ ਆਪਾਂ ਨੂੰ ਕਈ ਵਾਰ ਆਪਾਂ ਜੋ ਸੋਚਦੇ ਹਾਂ ਉਹਦੇ ਤੋਂ ਵੱਧ ਵੀ ਹੋ ਸਕਦਾ, ਉਹਦੇ ਤੋਂ ਘੱਟ ਵੀ ਹੋ ਸਕਦਾ ਵਾ। ਇਹ ਨਹੀਂ ਜ਼ਰੂਰੀ ਵੀ ਉਹਦੇ ਨਾਲੋਂ ਘਟਣਾ ਹੀ ਘਟਣਾ ਵਾ, ਉਹਦੇ ਨਾਲੋਂ ਵੱਧ ਕੇ ਵੀ ਕੰਮ ਹੋ ਸਕਦਾ ਵਾ। ਹੋ ਸਕਦਾ ਤੁਹਾਡੇ ਜਿਹੜਾ ਕਿਸਮਤ ਨੂੰ ਕੰਮ ਇੰਨਾ ਕੁ ਜ਼ਿਆਦਾ ਸੂਟ ਬੈਠੇ ਕਿ ਤੁਹਾਨੂੰ ਡਿਸੀਜ਼ ਕਦੀ ਜ਼ਿੰਦਗੀ 'ਚ ਤੁਹਾਡੇ ਫਾਰਮ 'ਤੇ ਆਵੇ ਹੀ ਨਾ, ਤਾਂ ਤੁਹਾਨੂੰ ਆਪੇ ਬੈਨੀਫਿਟ ਸਭ ਤੋਂ ਜ਼ਿਆਦਾ ਹੈ ਹੀ ਆ। ਸੋ ਬਈ ਇਹ ਇੱਕ ਗੱਲ ਕਰ ਲਈਏ, ਬਈ ਇਹ ਕਿਸਮਤ 'ਤੇ ਚੀਜ਼ਾਂ ਬਹੁਤ ਡਿਪੈਂਡ ਕਰਦੀਆਂ ਨੇ। ਹੁਣ ਜੇ ਆਪਾਂ ਲੋਨ ਦੀ ਗੱਲ ਕਰ ਲਈਏ, ਜੇ ਆਪ ਮੰਨ ਕੇ ਚੱਲੋ ਤੁਹਾਡੇ ਜੇ ਆਪਾਂ ਕਹਿ ਦਈਏ ਕਿ ਤੁਹਾਨੂੰ ਕੰਮ ਸੂਟ ਹੀ ਨਹੀਂ ਬੈਠਣਾ, ਕਿਸਮਤ ਤੁਹਾਡੀ ਨੇ ਇਸ ਕੰਮ ਦੇ ਵਿੱਚ ਸਾਥ ਹੀ ਨਹੀਂ ਦੇਣਾ ਗਾ, ਜੇ ਤੁਸੀਂ ਲੋਨ 'ਤੇ ਕੰਮ ਸ਼ੁਰੂ ਕੀਤਾ ਹੋਊਗਾ ਤਾਂ ਬਾਈ ਤੁਹਾਨੂੰ ਦੋ ਮਾਰਾਂ ਪੈਣਗੀਆਂ। ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰ ਲਈਏ ਵੀ ਜੇ ਤੁਹਾਡਾ ਕੰਮ ਮੰਨ ਕੇ ਚੱਲੋ ਚੱਲਦਾ ਹੀ ਨਹੀਂ ਗਾ, ਉਸ ਤੋਂ ਬਾਅਦ ਤੁਸੀਂ ਲੋਨ ਨੂੰ ਕਿੱਦਾਂ ਲਾਓਗੇ? ਇਹ ਚੀਜ਼ ਇੱਕ ਹੈਗੀ ਆ। ਜੇ ਤੁਹਾਡੇ ਕੋਲ 10 ਲੱਖ ਰੁਪਈਆ ਹੈਗਾ ਵਾ, ਤੁਸੀਂ ਉਹਨੂੰ ਕਿਸੇ ਕੰਮ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਤਾਂ ਤੁਹਾਡਾ ਅਗਰ ਕੰਮ ਨਹੀਂ ਚੱਲਦਾ ਗਾ ਤੁਹਾਨੂੰ ਕਿਸੇ ਦੇ ਦੇਣੇ ਤਾਂ ਨਹੀਂ ਨਾ ਪੈਂਦੇਗੇ। ਪਰ ਜੇ ਤੁਸੀਂ ਬੈਂਕ ਤੋਂ ਲੋਨ ਲਿਆ ਹੋਊਗਾ, ਬੈਂਕ ਨੇ ਇਹ ਚੀਜ਼ਾਂ ਨਹੀਂ ਦੇਖਣੀਆਂ ਕਿ ਤੁਹਾਡਾ ਕੰਮ ਨਹੀਂ ਚੱਲ ਰਿਹਾ, ਤੁਹਾਨੂੰ ਉਹ ਪੇਮੈਂਟ ਜਿਹੜੀ ਉਹ ਪੇਬੈਕ ਕਰਨੀ ਪਵੇਗੀ। ਅਤੇ ਦੂਸਰੀ ਗੱਲ ਆ ਜਾਂਦੀ ਇਹਦੇ ਵਿੱਚ, ਜੇ ਤੁਹਾਡਾ ਕੰਮ ਸਹੀ ਚੱਲ ਵੀ ਪੈਂਦਾ ਵਾ, ਹੈ ਨਾ ਬਈ ਤੁਹਾਡਾ ਤੁਸੀਂ ਮਿਹਨਤ ਕਰਦੇ ਹਾਂ, ਸਭ ਕੁਛ ਆਉਣਾ ਤੁਸੀਂ ਧਿਆਨ ਦਿੰਦੇ ਹਾਂ, ਅਤੇ ਡਿਸੀਜ਼ ਦਾ ਵੀ ਤੁਸੀਂ ਹਰ ਇੱਕ ਟਾਈਮ ਤੋਂ ਪਹਿਲਾਂ ਜੇ ਤੁਸੀਂ ਧਿਆਨ ਦੇ ਕੇ ਕੰਮ ਨੂੰ ਸ਼ੁਰੂ ਵੀ ਕਰ ਲੈਂਦੇ ਹਾਂ, ਅਤੇ ਬਈ ਜਦੋਂ ਆਪਾਂ ਕੰਮ ਨਵਾਂ ਸ਼ੁਰੂ ਕੀਤਾ ਹੁੰਦਾ ਨਾ, ਤਾਂ ਉਦੋਂ ਲੋਨ ਦੀਆਂ ਕਿਸ਼ਤਾਂ ਜੇ ਲਾ ਲਈਏ ਤਾਂ ਉਰੇ ਪਰੇ ਇਹ ਬੰਦੇ ਨੂੰ ਜੇ ਤੁਸੀਂ ਉੱਦਾਂ ਨਕਦਾਂ 'ਤੇ ਕੰਮ ਸ਼ੁਰੂ ਕਰਕੇ ਥੋੜ੍ਹੇ ਤੋਂ ਕੰਮ ਸ਼ੁਰੂ ਕਰਕੇ ਜੇ ਤੁਸੀਂ 5 ਸਾਲਾਂ 'ਚ ਇੱਕ ਸਟੇਜ 'ਤੇ ਆਉਂਦੇ ਆ ਨਾ, ਤੁਸੀਂ ਉਹ ਲੋਨ 'ਤੇ ਕੰਮ ਸ਼ੁਰੂ ਕਰਕੇ ਤੁਹਾਨੂੰ ਉਸ ਸਟੇਜ 'ਤੇ ਆਉਂਦਿਆਂ ਆਉਂਦਿਆਂ 7-8 ਸਾਲ 10 ਸਾਲ ਲੱਗ ਸਕਦੇ ਆ। ਸੋ ਮੈਂ ਅਸੀਂ ਵੀ ਲੋਨ 'ਤੇ ਕੰਮ ਸ਼ੁਰੂ ਕੀਤਾ ਸੀਗਾ, ਅਤੇ ਪਰ ਸਾਨੂੰ ਲੋਨ ਨੇ ਇੰਨਾ ਕੁ ਜ਼ਿਆਦਾ ਦਬਾਇਆ ਹੋਇਆ ਸੀ ਕਿ ਅਸੀਂ ਇੱਕ ਨਾ ਕੰਮ ਨੂੰ ਬੰਦ ਕਰਤਾ ਸੀਗਾ, ਕੰਮ ਇੱਕ ਨਾ ਜਮ੍ਹਾਂ ਬੰਦ ਕਰਕੇ ਪਹਿਲਾਂ ਸਭ ਤੋਂ ਪਹਿਲਾਂ ਲੋਨ ਫਿਨਿਸ਼ ਕਰਕੇ ਦੁਬਾਰਾ ਫਿਰ ਗਰਾਊਂਡ ਜ਼ੀਰੋ ਤੋਂ
दो तीन बच्छियां लैके उन्हां वास्ते उह बच्छियां नूं दुध पिआउण वास्ते, एक गां लई, गां नूं मन के चलो भी उस तों बाद विच उन्हां बच्छियां नूं तैयार कीता, एक दो वैड़ां लईआं। जिवें जिवें मैं ये नहीं भी अज आपां काम शुरू कर लिया ते आपां 10-15 दिनां दे विच जानवर खरीदने आ, ते बच्छियां पहलां आपां चलो रिश्तेदारां तों लै आंदियां सीआं, जिहड़ियां वैड़ां जिहड़ियां 3 क लईआं सीआं उह आपां नूं लभदिआं लभदिआं कोई 6-7 महीने लग गए सीगे। एक गां आपां उन्हां बच्छियां नूं दुध पिआउण वास्ते लै के आउंदी सीगी, एक साल जिहड़ियां वैड़ां दी वैड़ां AI दे टाइम दीआं लै के आउंदीआं सीगीआं, एक साल चों वैड़ां सूटीआं सीगीआं ते एक साल बाद आपां नूं आमदन आउणी शुरू हो गई सीगी। सो भाई जे तुसीं कम्म 'च नवें हो है ना, मन के चलो जे तुहाडे कोले इनवैसटमेंट है, तुहाडे कोल सेविंग है, पैसे है लाउण नूं, ते भाई तुसीं बच्छियां लओ, ठीक है? क्योंकि एक बच्ची जिहड़ी हैगी लख सवा लख आइडिया खा के जिहड़ी आ त्यार सुंदी आ अपने कोले, जिहड़ी बच्ची है। जे तुहाडे कोले एक बच्ची नूं कमाउण लई लख सवा लख रुपया है तां तुसीं बच्चियां लै तो कम्म शुरू कर सकदे आ। अगर तुहाडे कोले पैसे ज़्यादा नहीं है तो तुसीं गावां लै सकदे हो, 20-25 लीटर दीआं गावां लै सकदे हो। उहदे तों तुहानूं जिद्दन तुसीं गावां लैंदे आ अगले दिन तों तुहानूं जिहड़ी हैगी आ उह इनकम आउणी शुरू हो जांदी आ। चार गावां लै के, चार गावां मगर तुसीं दो बच्चियां लै सकदे आ, वो चार गावां ने जिहड़ियां हैगियां दो बच्चियां पाल देनियां, नाल तुहानूं वी जिहड़ी इनकम आउंदी रहिंदी आ। बंदे दा इक मनोबल बणिआ रहिंदा, इक बंदे दा मन बणिआ रहिंदा वा, क्योंकि जदों बंदा कम्म करी जाओ पर पैसे नहीं आउंदे, वो भी बंदे दा मन टुट जांदा वा, क्योंकि बच्चियां दा टाइम पीरियड जिहड़ा हैगा बहुत लंबा हुंदा वा। 2 साल दी जाके बच्ची ने सूणा वा, ते जे बंदे नूं होर इनकम दा कोई सोर्स नहीं हैगा गा तो वह भी फिर जिहड़ा जाके, जदों जेकर बंदा होर इनकम दा सोर्स हैगा फिर वह बंदा बच्चियां लै लवे, अगर होर इनकम दा सोर्स कोई नहीं हैगा उहनूं नाल गावां लैणियां जरूरी है, क्योंकि गावां ते बच्चियां दा खर्चा निकल ही जांदा, नाल आपदा मन के जो गावां दा खर्चा निकल के 4 पैसे आपां नूं बच भी जांदे आ। सो भाई जिहड़ा आपां उंगलां ते आंकड़े ला के कम्म शुरू कर दिंदे ना उह गल नहीं हैगी गी, कम्म इन्ना इह सौखा भी नहीं हैगा इन्ना औखा भी नहीं हैगा, क्योंकि भाई ये चैलेंज बहुत वड्डे वड्डे हैगे। बीमारियां इहदे विच मन के चलो बीमारियां ऐ नहीं भी कोई जानलेवा बीमारियां वा, एक्सीडेंट केस आ जांदे आ, रिपीटर दी प्रॉब्लम आ जांदी आ, मस्टाइटिस दी प्रॉब्लम आ जांदी आ, बुखार हो गया, इदां दे काफ़ी सारे डिसीज़ हैगे आ जिहड़े कॉमन डिसीज़ हैगे जिहड़े इक डेयरी फार्म ते रहिंदे ही रहिंदे आ। ते जिहड़ा भाई आ पुछ लैंदे ने ना भाई अद्ध बच जांदा, अद्ध उद्ध भाई कोई नहीं बचदा इहदे विच, ठीक है ना? ये तो भाई किस्मत ते जाके इहदा आपां अंदाजा लाई सकदे, कईयां नूं अद्ध तों सदा वध वी बचा लैंदे होण। ते भाई इहदे विच जिहड़ा कई फोन ते आपां नूं वीर भरा पुछण लग जांदे ना भाई किन्ना बचदा किन्ना बचदा, उहदा भाई कोई आइडिया ही है नहीं इहदे च किन्ना बचदा वा, क्योंकि भाई ये सारी गेम जिहड़ी हैगी आ किस्मत डिपेंड करती है, लक ते डिपेंड करती है, थोड़ा लक किदां दा वा। हुण जे इस गल दी आपां जे कम बचन ना बचाउण दी गल नूं जे आपां डिटेल विच गल कर लईए, ते भाई जे देखो जे तुसीं फार्म शुरू करदे आ, थोड़ियां गावां जिहड़ियां हैगियां पहले टीके ते कब्बण हो जांदियां, थोड़े फार्म ते कोई मस्टाइटिस दी प्रॉब्लम नहीं आउंदी गी, ते थोड़ियां जिहड़ियां बच्छियां हैगियां ओह वी घट खर्चे 'च अगर तैयार हो जांदियां वा, ते थोनूं तां भाई आपे ही थोड़ा तां फॉरन इत्थे ही बण जांदा वा, क्योंकि ਤੁਸੀਂ ਜਿੰਨਾ ਵੀ ਇਨਵੈਸਟਮੈਂਟ ਕਰੋਗੇ ਅੱਧ ਨਾਲੋਂ ਜ਼ਿਆਦਾ ਤੁਹਾਨੂੰ ਬਚ ਜੂਗਾ ਅਗਰ ਤੁਹਾਡੀਆਂ ਗਾਵਾਂ ਪਹਿਲੇ ਟੀਕੇ ਤੇ ਗੱਭਣ ਹੋਈ ਜਾਂਦੀਆਂ ਵਾ। ਅਗਰ ਤੁਸੀਂ ਸ਼ੁਰੂਆਤ ਦੇ ਵਿੱਚ ਖਰਚੇ ਦੀ ਤੁਸੀਂ ਕੰਪਰੋਮਾਈਜ਼ ਕਰ ਜਾਂਦੇ ਆ, ਚੰਗਾ ਮਿਨਰਲ ਮਿਕਸਚਰ ਨਹੀਂ ਪਾਉਂਦੇ ਤੁਹਾਡੇ ਫਾਰਮ 'ਤੇ, ਰਿਪੀਟਰ ਦੀ ਪ੍ਰੋਬਲਮ ਆ ਜਾਂਦੀ ਆ, ਤੁਹਾਡੀ ਗਾਂ ਅਗਰ ਇੱਕ ਟੀਕਾ ਵੀ ਹੋਰ ਲੈ ਜਾਂਦੀ ਆ, ਇੱਕ ਹੀਟ ਨੂੰ ਜਿਹੜੀ ਟਾਪ ਕਰ ਜਾਂਦੀ ਆ, 21 ਦਿਨ ਜਿਹੜੀ ਗਾਂ ਤੁਹਾਡੀ ਲੇਟ ਹੋ ਜਾਂਦੀ ਹੈ, 21 ਦਿਨਾਂ ਦੁੱਧ ਤਾਂ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਜ਼ਿਆਦਾ ਤੁਹਾਨੂੰ ਜਿਹੜਾ ਹੈਗਾ ਘਾਟਾ ਪੈ ਜਾਂਦਾ ਵਾ। ਸੋ ਇਹਨਾਂ ਜਿਹੜੀਆਂ ਨਿੱਕੀਆਂ ਨਿੱਕੀਆਂ, ਅਗਰ ਮਸਟਾਈਟਸ ਆ ਜਾਂਦੀ ਹੈ, ਜਦੋਂ ਇੱਕ ਗਾਂ ਨੂੰ ਮਸਟਾਈਟਸ ਆਉਂਦੀ ਹੈ ਅਤੇ ਉਹ ਇੰਜੈਕਸ਼ਨ ਜਿਹੜੇ ਲੱਗਣੇ ਉਹ ਵੱਖਰੀ ਗੱਲ ਰਹਿ ਜਾਂਦੀ ਹੈ, 3-4 ਦਿਨ ਜਿਹੜਾ ਹੈਗਾ ਗਾਂ ਨੂੰ ਜਿਹੜਾ ਹੈਗਾ ਦੁੱਧ ਨੂੰ ਰਿਕਵਰ ਕਰਨ 'ਤੇ ਲੱਗ ਜਾਂਦੇ ਆ, ਇੰਜੈਕਸ਼ਨਾਂ ਦਾ ਐਂਟੀਬਾਇਟਿਕ ਦਾ ਅਲੱਗ ਖਰਚਾ ਆਉਣਾ ਵਾ, ਦੁੱਧ ਜਿਹੜਾ ਘਟਿਆ ਉਹ ਆਪਾਂ ਨੂੰ ਅਲੱਗ ਜਿਹੜਾ ਹੈਗਾ ਵਾ ਘਾਟਾ ਪੈ ਗਿਆ। ਕਈ ਵਾਰ ਮਸਟਾਈਟਸ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਗਾਂ ਦਾ ਜਿਹੜਾ ਥਣ ਹੈਗਾ ਉਹ ਵੀ ਡੈਮੇਜ ਹੋ ਜਾਂਦਾ ਵਾ। ਸੋ ਬਈ ਇੱਦਾਂ ਦੇ ਡਿਸੀਜ਼ ਕਾਫੀ ਹੈਗੇ ਆ, ਜਿਹੜਾ ਇੱਕ ਗੱਲਾਂ ਸੁਣ ਕੇ ਇਕੱਲੀਆਂ ਹੈ ਨਾ ਕੰਮ ਸ਼ੁਰੂ ਕਰ ਲੈਣਾ, ਕੰਮ ਚਲੋ ਹੈ ਨਾ ਘਰਾਂ 'ਚ ਡੰਗਰ ਰੱਖਣੇ ਉਹ ਗੱਲ ਵੱਖਰੀ ਸੀਗੀ, ਅਤੇ ਜੇ ਬਈ ਇਹਦੇ ਤੋਂ ਬੜਾ ਡਰੀ ਵੀ ਜਾਣਾ ਕਿ ਬਈ ਇਹ ਹੋਣਾ ਹੀ ਨਹੀਂ ਗਾ, ਬਿਮਾਰੀ ਆ ਜਾਣੀ ਹੈ, ਐਂ ਹੋ ਜਾਣਾ ਜਿਉਂ ਹੋ ਜਾਣਾ, ਇਹਦੇ ਵਿੱਚ ਬਈ ਐਂ ਆ ਜਾਂਦਾ ਵਾ। ਕੰਮ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਜਿਵੇਂ ਆਪਾਂ ਚਲੋ ਵੱਡਿਆਂ ਫਾਰਮਾਂ ਨੂੰ ਦੇਖਣਾ ਚਾਹੀਦਾ ਵਾ, ਉਹਨਾਂ ਤੋਂ ਮੰਨ ਕੇ ਚਲੋ ਆਪਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਵਾ, ਹਰ ਇੱਕ ਤਰ੍ਹਾਂ ਨੌਲੇਜ ਲੈਣੀ ਚਾਹੀਦੀ ਆ। ਪਰ ਜੇ ਕਿਸੇ ਵੱਡੇ ਫਾਰਮ 'ਤੇ ਜਾ ਕੇ ਅਤੇ ਆਪਾਂ ਸੋਚਣ ਲੱਗ ਜਾਈਏ ਕਿ ਬਈ ਸਾਲ ਬਾਅਦ ਆਪਾਂ ਵੀ ਇੱਥੇ ਸਟੇਜ 'ਤੇ ਆ ਜਾਈਏ, ਤਾਂ ਬਈ ਉਹ ਇੰਨੀ ਛੇਤੀ ਪਹੁੰਚਣਾ ਔਖਾ, ਚਾਦਰ ਨੂੰ ਵੇਖ ਕੇ ਹੀ ਛਾਲ ਮਾਰਨੀ ਚਾਹੀਦੀ ਹੈ। ਪਰ ਜੇ ਚਾਦਰ ਤੋਂ ਜ਼ਿਆਦਾ ਛਾਲ ਮਾਰ ਦਾਂਗਾ ਚਾਦਰ ਵੀ ਪਾੜ ਜੂਗੀ ਅਤੇ ਇੱਜ਼ਤ ਵੀ ਨਹੀਂ ਰਹਿੰਦੀ, ਫਿਰ ਉਹ ਗੱਲ ਉੱਥੇ ਹੀ ਆ ਜਾਂਦੀ ਆ। ਇਸ ਲਈ ਬਾਈ ਜਿਹੜਾ ਹੈਗਾ ਵਾ ਸਟੈਪ ਬਾਏ ਸਟੈਪ ਕੰਮ ਸ਼ੁਰੂ ਕਰਨਾ ਚਾਹੀਦਾ ਵਾ। ਮੇਰੇ ਨੋਨ ਦੇ ਵਿੱਚ ਕਾਫੀ ਸਾਰੇ ਬੰਦੇ ਹੈਗੇ ਆ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਗਾਵਾਂ ਤੋਂ ਕੰਮ ਸ਼ੁਰੂ ਕੀਤਾ ਸੀਗਾ, ਅਤੇ ਬਹੁਤ ਵਧੀਆ ਹੋਣਾ, ਸਵਾ ਸਵਾ ਡੇਢ ਡੇਢ ਕੁਇੰਟਲ ਦੁੱਧ ਜਿਹੜਾ ਹੈਗਾ ਉਹ ਬੰਦੇ ਪਾਈ ਜਾ ਰਹੇ ਆ।
ਸਟੈਪ ਬਾਏ ਸਟੈਪ ਜਿਹੜਾ ਕੰਮ ਨੂੰ ਲੈ ਕੇ ਚੱਲਾਂਗੇ ਨਾ ਬਾਈ, ਉਹ ਕਾਮਯਾਬੀ ਜ਼ਿਆਦਾ ਵਾ। ਕਿਉਂਕਿ ਇੱਕ ਆਪਾਂ ਨੂੰ ਜਿਹੜੇ ਬੰਦੇ ਫਰੈਸ਼ ਹੁੰਦੀ ਆ, ਨੌਲੇਜ ਘੱਟ ਹੁੰਦੀ ਆ, ਇੱਕ ਦੋ ਗਾਵਾਂ ਲੈਂਦੇ ਆ, ਉਹਨਾਂ ਤੋਂ ਉਹਨਾਂ ਨੂੰ ਜਿਹੜਾ ਹੈਗਾ ਐਕਸਪੀਰੀਅੰਸ ਜਿਹੜਾ ਹੈਗਾ ਉਹਨਾਂ ਨੂੰ ਮਿਲਦਾ ਵਾ, ਘਰੋਂ ਹੀ ਉਹ ਐਕਸਪੀਰੀਅੰਸ ਕਰ ਲੈਂਦੇ ਆ। ਜਦੋਂ ਜਾਨਵਰ ਜ਼ਿਆਦਾ ਹੋ ਜਾਣਗੇ ਧਿਆਨ ਜ਼ਿਆਦਾ ਦੇਣਾ ਪੈਂਦਾ ਵਾ। ਬਾਕੀ ਇਹ ਕੰਮ ਬਾਈ ਗੱਲ ਕੰਮ ਜਿਹੜਾ ਰਹਿ ਹੀ ਧਿਆਨ ਦਾ ਗਿਆ ਵਾ, ਇਹ ਜ਼ਿਆਦਾ ਮਿਹਨਤ ਵਾਲਾ ਕੰਮ ਨਹੀਂ ਰਹਿ ਗਿਆ, ਨਾ ਬਾਹਲਾ ਗੱਲਾਂ ਵਾਲਾ ਕੰਮ ਰਹਿ ਗਿਆ, ਇਹਦੇ 'ਚ ਤਾਂ ਫੋਕਸ ਰੱਖਣਾ ਪੈਂਦਾ, ਧਿਆਨ ਦੇਣਾ ਪੈਂਦਾ। ਬਾਕੀ ਬਾਈ ਕੋਈ ਇੰਨਾ ਘਬਰਾਉਣ ਵਾਲਾ ਕੰਮ ਵੀ ਨਹੀਂ ਹੈਗਾ ਗਾ, ਵੀ ਬਾਹਲਾ ਔਖਾ ਕੰਮ ਵੀ ਨਹੀਂ ਹੈਗਾ, ਵੀ ਘਾਬਰਨ ਵਾਲਾ ਕੰਮ ਸ਼ੁਰੂ ਹੀ ਨਾ ਕਰੋ। ਤੁਸੀਂ ਕੰਮ ਸ਼ੁਰੂ ਕਰੋ, ਕੋਈ ਇੱਕ ਦੋ ਗਾਵਾਂ ਤੋਂ ਕੰਮ ਸ਼ੁਰੂ ਕਰੋ, ਪਹਿਲਾਂ ਆਪਦੀ ਕਿਸਮਤ ਨੂੰ ਅਜਮਾਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕੰਮ ਜਿਹੜਾ ਹੈਗਾ ਕਿਸਮਤ ਨੂੰ ਸੂਟ ਕਰ ਰਿਹਾ ਵਾ, ਤੁਹਾਨੂੰ ਕੰਮ ਵਧੀਆ ਲੱਗ ਰਿਹਾ, ਤੁਹਾਨੂੰ ਕਿਸੇ ਤਰ੍ਹਾਂ ਦੀ ਇਹ ਜੇ ਕੋਈ ਇੱਕ ਦੋ ਗਾਵਾਂ ਰੱਖ ਕੇ ਉਹਨਾਂ 'ਚੋਂ ਬਚਤ ਕੱਢ ਕੇ ਦੇਖੋ ਤੁਹਾਨੂੰ ਕਿੰਨੀ ਬਚਤ ਆਉਂਦੀ ਹੈ, ਕੀ ਤੁਹਾਨੂੰ ਬੈਨੀਫਿਟ ਮਿਲਦਾ ਉਹਦੇ ਵਿੱਚ, ਫਿਰ ਉਸ ਤੋਂ ਬਾਅਦ ਤੁਸੀਂ ਗਾਵਾਂ ਨੂੰ ਹੌਲੀ ਹੌਲੀ ਵਧਾਓ। ਰਹਿ ਗਈ ਲੋਨ ਦੀ ਗੱਲ, ਜਦੋਂ ਤੁਹਾਡਾ ਫਾਰਮ ਜਿਹੜਾ ਹੈਗਾ 10 ਗਾਵਾਂ 'ਤੇ ਆ ਜਾਂਦਾ, ਉਸ ਤੋਂ ਬਾਅਦ ਅਗਰ ਤੁਸੀਂ ਉਹ ਕੰਮ ਨੂੰ ਵਧਾਉਣਾ ਚਾਹੁੰਦੇ ਹੋ, ਜੇ ਤੁਸੀਂ ਵਿੱਚੋਂ ਹੌਲੀ ਹੌਲੀ ਵਧਾਓਗੇ ਉਹ ਵੀ ਵਧੀਆ ਹੈਗਾ, ਉਸ ਤੋਂ ਬਾਅਦ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤਾਂ ਲੋਨ ਲੈ ਕੇ ਵੀ ਇੱਕਦਮ ਤੁਸੀਂ ਕੰਮ ਵਧਾ ਸਕਦੇ ਹੋ। ਪਰ ਜਦੋਂ ਤੁਸੀਂ ਤੁਸੀਂ ਪਹਿਲਾਂ ਕੋਈ ਜਾਨਵਰ ਰੱਖਿਆ ਨਹੀਂ ਹੋਇਆ ਘਰ ਦੇ ਵਿੱਚ, ਤੁਹਾਨੂੰ ਐਕਸਪੀਰੀਅੰਸ ਜਮ੍ਹਾਂ ਨਹੀਂ ਹੈਗਾ ਗਾ, ਤੁਸੀਂ ਇੱਕੋ ਦਮ ਜੇ ਤੁਸੀਂ ਕਹਿ ਦਿਓ ਕਿ ਅਸੀਂ ਲੋਨ ਲੈ ਕੇ ਅਤੇ ਵਧੀਆ ਬਰੀਡ ਪਰਚੇਸ ਕਰਕੇ ਅਤੇ ਇੱਦਾਂ ਇੱਕਦਮ ਤੁਸੀਂ ਕੰਮ ਸ਼ੁਰੂ ਕਰ ਲਓ, ਉਹਦੇ ਵਿੱਚ ਬਾਈ ਸਕਸੈਸਫੁਲ ਹੋਣ ਦੇ ਚਾਂਸ ਜਿਹੜੇ ਹੈਗੇ ਬਹੁਤ ਘੱਟ ਹੁੰਦੇ ਆ। ਇੱਕ ਜਦੋਂ ਤੁਸੀਂ ਜਾਨਵਰ ਪਰਚੇਸ ਕਰਦੇ ਹੋ ਤਾਂ ਉਹਦਾ ਜਿਹੜਾ ਹੈਗਾ, ਤੁਸੀਂ ਕਿਸੇ ਵੀ ਫਾਰਮ ਤੋਂ ਜਦੋਂ ਤੁਸੀਂ ਪਰਚੇਸ ਕਰਦੇ ਹੋ ਤਾਂ ਉਸ ਫਾਰਮ ਦੀ ਜਿਹੜੀ ਹੈ ਬੈਕਗਰਾਉਂਡ ਪਹਿਲਾਂ ਦੇਖਿਆ ਕਰੋ ਕਿ ਉਹ ਫਾਰਮ ਨੂੰ ਚੱਲ ਰਹੇ ਨੂੰ ਕਿੰਨਾ ਕੁ ਟਾਈਮ ਹੁੰਦਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਈ ਡੇਅਰੀ ਫਾਰਮ ਨਵੇਂ ਖੁੱਲ੍ਹੇ ਹੁੰਦੇ ਆ, ਉਹਨਾਂ ਨੇ ਖੁਦ ਨੇ ਉਸ ਚੀਜ਼ ਵਿੱਚ ਧੋਖਾ ਖਾਧਾ ਹੁੰਦਾ, ਉਹਨਾਂ ਨੂੰ ਨੌਲੇਜ ਨਾ ਹੋਣ ਕਰਕੇ ਧੋਖਾ ਖਾਧਾ ਹੁੰਦਾ, ਉਸੇ ਧੋਖੇ ਦਾ ਗਾਂ ਤੁਸੀਂ ਨਾ ਸ਼ਿਕਾਰ ਹੋ ਜਾਇਆ ਕਰੋ। ਕਿਸੇ ਵੀ ਫਾਰਮ ਤੋਂ ਜਦੋਂ ਤੁਸੀਂ ਜਾਨਵਰ ਪਰਚੇਸ ਕਰਨਾ ਵਾ, ਸਭ ਤੋਂ ਪਹਿਲਾਂ ਉਸਦੀ ਬੈਕਗਰਾਉਂਡ ਚੈੱਕ ਕਰੋ, ਕਮ ਸੇ ਕਮ ਉਸ ਡੇਅਰੀ ਫਾਰਮ ਨੂੰ ਚੱਲ ਰਹੇ ਨੂੰ 5-7 ਸਾਲ ਹੋ ਗਏ ਹੋਣ, ਫਿਰ ਉੱਥੋਂ ਤੁਹਾਨੂੰ ਵਧੀਆ ਬਰੀਡ ਮਿਲ ਸਕਦੀ ਹੈ। ਨਹੀਂ ਤਾਂ 1-2 ਸਾਲ ਜਿਹੜਾ ਫਾਰਮ ਜਿਹੜੇ ਸ਼ੁਰੂ ਹੋਏ ਨੂੰ ਟਾਈਮ ਹੋਇਆ ਵਾ, 1-1.5 ਸਾਲ ਹੋਇਆ ਹੁੰਦਾ ਵਾ, ਉਹ ਬੰਦੇ ਕੋਲ ਬਰੀਡ ਕਿੱਥੋਂ ਆਦੀ ਖੁਦ ਦੀ ਤਿਆਰ ਕੀਤੀ ਹੋਊਗੀ। ਸੋ ਇਹਨਾਂ ਗੱਲਾਂ ਦਾ ਥੋੜ੍ਹੀਆਂ ਬਹੁਤੀਆਂ ਧਿਆਨ ਰੱਖਿਆ ਕਰੋ, ਚੰਗੀ ਬਰੀਡ ਲਓ, ਚੰਗੀ ਨਸਲ ਲਓ, ਉਹਦੀ ਕੇਅਰ ਚੰਗੀ ਤਰ੍ਹਾਂ ਕਰੋ, ਫਿਰ ਇਸ ਕੰਮ ਦੇ ਵਿੱਚ ਬਚਤ ਹੈ। ਜੇ ਤੁਸੀਂ ਇਹਦੇ ਵਿੱਚ ਆਪਣਾ 100% ਨਹੀਂ ਧਿਆਨ ਦੇ ਸਕਦੇ ਕਿ ਬਾਈ ਤੁਸੀਂ ਇਹ ਕੰਮ ਨੂੰ ਸ਼ੁਰੂ ਨਾ ਕਰੋ, ਕਿਉਂਕਿ ਬਾਈ ਐਵੇਂ ਤੁਸੀਂ ਇਹਦੇ ਜੇ ਤੁਸੀਂ ਕੋਲ ਹੋਰ ਕੰਮ ਕਰ ਰਹੇ ਹੋ ਤਾਂ ਤੁਸੀਂ ਕਹਿ ਦਿਓ ਕਿ ਇਹਨੂੰ ਪਾਰਟ ਟਾਈਮ ਬਿਜ਼ਨਸ ਸਮਝ ਕੇ, ਜਿਵੇਂ ਆਮ ਆਪਾਂ ਘਰਾਂ 'ਚ ਜਾਨਵਰ ਰੱਖੇ ਹੁੰਦੇ ਆ, ਖੇਤੀ ਪਾਰ ਕਰਦੇ ਹਾਂ, ਸਵੇਰੇ ਪੱਠੇ ਪਾ ਕੇ ਸਾਰਾ ਦਿਨ ਖੇਤੀ 'ਚ ਲੱਗੇ ਰਹੇ, ਸ਼ਾਮ ਨੂੰ ਆ ਕੇ ਪੱਠੇ ਡੱਕਾ ਪਾ ਕੇ ਉਹਨਾਂ ਨੂੰ ਚੋ ਲਿਆ, ਅਤੇ ਬਾਈ ਉਹਨਾਂ ਕੋਲ ਕੰਮ ਇਹ ਹੈ ਨਹੀਂ ਗਾ, ਇਹਦੇ ਵਿੱਚ 24 ਘੰਟੇ ਆਪਾਂ ਨੂੰ ਧਿਆਨ ਦੇਣਾ ਪੈਂਦਾ ਵਾ। ਬਾਕੀ ਬਾਈ ਸਮਾਰਟ ਵਰਕ ਹੈਗਾ, ਇਹ ਹਾਰਡ ਵਰਕ ਨਹੀਂ ਹੈਗਾ, ਹੁਣ ਇਹ ਸਮਾਰਟ ਵਰਕ ਆ। 10 ਜਾਨਵਰ ਰੱਖੋ, 20 ਜਾਨਵਰ ਰੱਖੋ, ਲੇਬਰ ਰੱਖੋ, ਲੇਬਰ ਤੋਂ ਕੰਮ ਕਰਵਾ ਲਓ ਉਸ ਹਿਸਾਬ ਨਾਲ, ਜ਼ਰੂਰੀ ਨਹੀਂ ਵੀ ਆਪ ਹੀ ਹੱਥੀਂ ਕੰਮ ਕਰਨਾ ਵਾ, ਲੇਬਰ ਰੱਖ ਕੇ ਲੇਬਰ ਤੋਂ ਵੀ ਆਪਾਂ ਕੰਮ ਕਰਵਾ ਸਕਦੇ। ਜ਼ਿਆਦਾ ਇਹਦੇ 'ਚ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਵੀ ਆਪਾਂ ਇਹਨਾਂ ਦੀਆਂ ਹੀਟਾਂ ਜਿਹੜੀਆਂ ਹੈਗੀਆਂ ਉਹ ਮਿਸ ਨਾ ਹੋਣ, ਮਸਟਾਈਟਸ ਨਾ ਹੋਵੇ, ਮਿਲਕਿੰਗ ਦੇ ਟਾਈਮ ਉਸ ਟਾਈਮ ਮਾਲਕ ਆਪ ਵਿੱਚ ਮੌਜੂਦ ਚਾਹੀਦਾ ਵਾ, ਕਿਉਂਕਿ ਜਦੋਂ ਆਪਾਂ ਚੰਗੀ ਤਰ੍ਹਾਂ ਆਰਡਰ ਜਿਹੜੇ ਹੈਗੇ ਆ ਉਹ ਖਾਲੀ ਹੋਣਗੇ, ਮਸਟਾਈਟਸ ਦੀ ਪ੍ਰੋਬਲਮ ਵੀ ਘਟੇਗੀ। ਸੋ ਇਹਨਾਂ ਕੁਝ ਜਿਹੜੀਆਂ ਡਿਸੀਜ਼ ਹੈਗੇ ਆ ਉਹਨਾਂ ਦਾ ਜਿਹੜੇ ਆਪਾਂ ਧਿਆਨ ਦੇਵਾਂਗੇ, ਉਹ ਡਿਸੀਜ਼ ਆਉਂਦੇ ਹੀ ਨਹੀਂ। ਕੁਦਰਤੀ ਡਿਸੀਜ਼ ਆ ਜਾਣਾ ਉਹ ਗੱਲ ਵੱਖਰੀ ਹੁੰਦੀ ਆ, ਪਰ ਜਿਹੜੇ ਬਹੁਤ ਸਾਰੇ ਕਾਮਨ ਡਿਸੀਜ਼ ਜਿਹੜੇ ਹੈਗੇ ਡੇਅਰੀ ਫਾਰਮ 'ਤੇ ਆਮ ਰਹਿੰਦੇ ਆ, ਉਹ ਆਪਾਂ ਜੇ ਧਿਆਨ ਦੇਵਾਂਗੇ ਤਾਂ ਆਪਾਂ ਉਹਨਾਂ ਤੋਂ ਬਚ ਸਕਦੇ ਹਾਂ। ਡਿਸੀਜ਼ ਨਾ ਆਉਣ ਤਾਂ ਫਿਰ ਤਾਂ ਕੰਮ ਨਾਲ ਦੀ ਡਿਸੀਜ਼ ਹੀ ਨਹੀਂ ਹੈਗੀ ਗੀ। ਅਤੇ ਇਹਦੇ 'ਚ ਬਾਈ ਜਿਵੇਂ ਮੈਂ ਪਹਿਲਾਂ ਵੀ ਵੀਡੀਓ 2-3 ਵਾਰਾਂ ਪਹਿਲਾਂ ਵੀ ਬੋਲਤਾ ਵਾ, ਫਿਰ ਕਹਿਣਾ ਚਾਹੁੰਦਾ ਵਾਂ, ਇਹ ਕੰਮ ਜੇ ਵੱਡਾ ਇਹਦੇ ਜੇ ਪ੍ਰੋਫਿਟ ਵੱਡੇ ਆ ਤਾਂ ਇਹਦੇ ਵਿੱਚ ਬਾਈ ਚੈਲੰਜ ਵੀ ਬਹੁਤ ਵੱਡੇ ਆ। ਉਂਗਲਾਂ 'ਤੇ ਅੰਕੜੇ ਲਾ ਕੇ ਕੰਮ ਨੂੰ ਸ਼ੁਰੂ ਨਾ ਕਰਿਆ ਜੇ, ਉਂਗਲਾਂ 'ਤੇ ਅੰਕੜਿਆਂ ਦੀ ਗੱਲ ਹੋਰ ਹੁੰਦੀ ਆ, ਪਰ ਰੀਅਲ ਲਾਈਫ ਜਦੋਂ ਕੰਮ ਕਰੋਗੇ ਉਦੋਂ ਗੱਲਾਂ ਬਾਤਾਂ ਬਦਲ ਜਾਂਦੀਆਂ ਨੇ। ਸੋ ਇਸ ਕਰਕੇ ਜਿਹੜਾ ਹੈਗਾ ਪਹਿਲਾਂ 2-4 ਜਾਨਵਰ ਰੱਖ ਕੇ ਉਹਨਾਂ ਤੋਂ ਕੰਮ ਪਹਿਲਾਂ ਕਰਕੇ ਦੇਖੋ ਤੁਹਾਨੂੰ ਕੰਮ ਤੁਹਾਡੀ ਕਿਸਮਤ ਨੂੰ ਕਿੰਨਾ ਕੁ ਸੂਟ ਕਰਦਾ, ਤੁਸੀਂ ਇਹ ਕੰਮ ਕਰ ਵੀ ਸਕਦੇ ਹੋ ਕਿ ਨਹੀਂ ਕੰਮ ਕਰ ਸਕਦੇ, ਕਿਉਂਕਿ ਬਈ ਇਹ 24 ਘੰਟੇ ਡਿਊਟੀ ਦਾ ਕੰਮ ਹੈਗਾ ਵਾ। ਸੋ ਬਈ ਇਹੀ ਥੋੜ੍ਹੀਆਂ ਬਹੁਤੀਆਂ ਆਪਾਂ ਚਲੋ ਗੱਲਾਂ ਕਰਨੀਆਂ ਸੀਗੀਆਂ, ਅਤੇ ਬਾਕੀ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਰਹਾਂਗੇ, ਅਤੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ 'ਚ ਆਪਣੀ ਰਾਏ ਜ਼ਰੂਰ ਦਿਆ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ।